ਕਿ ਕਾਂਗਰਸ ਦਾ ਕਲਚਰ ਹੈ ਜੋ ਵੀ ਫੈਸਲਾ ਹਾਈ ਕਮਾਂਡ ਕਰਦੀ ਹੈ ਅਸੀਂ ਉਹਦੀ ਇਨਬਿਨ ਪਾਲਣਾ ਕਰਾਂਗੇ ਐਂਡ ਮੈਂ ਸਮਝਦਾ ਆ ਕਿ ਬਹੁਤ ਅੱਛਾ ਡਿਸੀਜਨ ਆਉਣ ਵਾਲਾ ਹੈ ਐਂਡ ਅਸੀਂ ਸਾਰੇ ਉਹ ਡਿਸੀਜਨ ਨੂੰ ਅਨਰ ਕਰਾਂਗੇ ਮੈਂ ਕਾਟੋ ਕਲੇਸ਼ ਕੋਈ ਨਹੀਂ ਹੈ ਹਰ ਇੰਡੀਵਿਜੂਅਲ ਦੇ ਵਿੱਚ ਇੱਕ ਆਪਣਾ ਸਿਸਟਮ ਹੈ ਹਰ ਬੰਦੇ ਦੀ ਇੱਕ ਆਈਡੀਓਲੋਜੀ ਹੈ ਉਹ ਉਹਦੇ ਮੁਤਾਬਿਕ ਵਰਕਆਊਟ ਹੁੰਦਾ ਹੈ ਕੋਈ ਆਈਡੀਆਲੋਜੀ ਨਹੀਂ ਮਿਲਦੀ ਉਹਨੂੰ ਜਿੱਦਾਂ ਆਪਾਂ ਹਰ ਰੋਜ਼ ਪਰਿਵਾਰਾਂ 'ਚ ਹੀ ਬੈਠਦੇ ਆ ਬੜੇ ਲੜਾਈ ਝਗੜੇ ਹੁੰਦੇ ਆ ਪਰਿਵਾਰਾਂ 'ਚ ਵੀ ਲੜਾਈ ਝਗੜੇ ਹੁੰਦੇ ਆ ਭਰਾਵਾਂ ਭਰਾਵਾਂ 'ਚ ਵੀ ਹੁੰਦੇ ਆ ਭੈਣ ਭਰਾਵਾਂ 'ਚ ਵੀ ਹੁੰਦੇ ਆ ਮਾਂ ਪੁੱਤ 'ਚ ਵੀ ਹੁੰਦੇ ਆ ਸੋ ਜਿਹੜੇ ਸਿਆਣੇ ਹੁੰਦੇ ਆ ਉਹ ਬੈਠ ਕੇ ਉਹ ਫੈਸਲਾ ਕਰਦੇ ਉਹੀ ਪਰਿਵਾਰ ਹੁੰਦਾ ਫਿਰ ਹੱਸਦਾ ਖੇਡਦਾ ਹੁੰਦਾ ਉਹ ਵੀ ਸਾਡੇ ਵਿੱਚ ਜਿੱਦਾਂ ਹਰੀਸ਼ रावत ਜੀ ਆਏ ਸਾਡੀ ਹਾਈ ਕਮਾਂਡ ਹੈ ਉਹ ਜੇ ਕਿਸੇ ਦਾ ਕੋਈ ਮਨਮਟਾਵ ਹੋਇਆ ਉਹ ਦੂਰ ਕਰ ਦਿੱਤਾ ਜਾਊਗਾ ਤੇ ਫਿਰ ਉਹੀ ਹੱਸਦਾ ਬਸਦਾ ਕਾਂਗਰਸ ਦਾ ਪਹਿਲਾਂ ਵੀ ਅਸਦੀ ਬਸਦੀ ਹੁਣ ਵੀ ਅਸਦੀ ਬਸਦੀ ਤੇ ਬਾਈ ਦੀ ਇਲੈਕਸ਼ਨ ਜਿੱਤਾਂਗੇ ਆਪਸੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਵਿੱਚ ਇੱਕ ਕਈਏ ਤੇ ਪੁਚਾਲਜਾ ਆ ਗਿਆ ਹੈ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਖੇਮੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾ ਦੇ ਵਿੱਚ ਲੱਗਿਆ ਹੈ ਅੱਜ ਪਾਰਟੀ ਪਰਿਵਾਰੀ ਹਰੀਸ਼ ਰਾਵਤ ਚੰਡੀਗੜ੍ਹ ਆਏ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਹੈ ਹੁਣ ਹਾਲਾਂਕਿ ਹਰੀਸ਼ ਰਾਵਤ ਮੁਲਾਕਾਤ ਤੋਂ ਬਾਅਦ ਨਿਕਲ ਚੁੱਕੇ ਨੇ ਤੇ ਉਹਨਾਂ ਨੂੰ ਸੀਓਫ ਕਰਨ ਆਏ ਸੀਗੇ ਤੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਸਾਡੇ ਨਾਲ ਹੈਗੇ ਮੌਜੂਦ ਵੈਦ ਸਾਹਿਬ ਕੀ ਹੋਇਆ ਅੱਜ ਮੀਟਿੰਗ ਜਿਹੜੀ ਹੋਈ ਹੈ ਕਿ ਨਾਰਾਜ਼ਗੀ ਜਿਹੜੀ ਸੀਗੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਰਿਸੈਂਟਮੈਂਟ ਸੀਗੀ ਕੀ ਉਹ ਰਿਸੈਂਟਮੈਂਟ ਦੂਰ ਹੋਈ ਹੈ ਦੇਖੋ ਇਸ ਤਰ੍ਹਾਂ ਹੈ ਕਿ ਜੀਡੀ ਬੀਟਿੰਗ ਹਰੀਸ਼ ਰਾਵਤ ਜੀ ਦੀ ਤੇ ਕੈਪਟਨ ਸਾਹਿਬ ਦੀ ਹੋਈ ਹੈ ਉਹਦੇ ਬਾਰੇ ਕੀ ਡਿਸਕਸ ਹੋਇਆ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਅਸੀਂ ਲੋਗ ਇਹ ਜ਼ਰੂਰ ਐਕਸਪੈਕਟ ਕਰ ਰਹੇ ਹਾਂ ਕਿ ਇੱਕ ਦੋ ਦਿਨ ਦੇ ਵਿੱਚ ਵਧੀਆ ਖਬਰ ਆਏਗੀ ਐਂਡ ਸਾਡੀ ਜਿਹੜੀ ਸਮੁੱਚੀ ਕਾਂਗਰਸ ਹੈ ਕਿਉਂਕਿ ਕਾਂਗਰਸ ਦਾ ਕਲਚਰ ਹੈ ਜੋ ਵੀ ਫੈਸਲਾ ਹਾਈ ਕਮਾਂਡ ਕਰਦੀ ਹੈ ਅਸੀਂ ਉਹਦੀ ਇਨਬਨ ਪਾਲਣਾ ਕਰਾਂਗੇ ਐਂਡ ਮੈਂ ਸਮਝਦਾ ਆ ਕਿ ਬਹੁਤ ਅੱਛਾ ਡਿਸੀਜਨ ਆਉਣ ਵਾਲਾ ਹੈ ਐਂਡ ਅਸੀਂ ਸਾਰੇ ਉਹ ਡਿਸੀਜਨ ਨੂੰ ਆਨਰ ਕਰਾਂਗੇ ਵੈਸਬ ਤੁਸੀਂ ਕਲਚਰ ਦੀ ਗੱਲ ਕਰ ਰਹੇ ਹੋ ਅਗਰ ਕਲਚਰ ਹੀ ਹੁੰਦਾ ਤਾਂ ਇੰਨਾ ਖਿਲਾਰਾ ਕਿਉਂ ਪੈਂਦਾ ਐਨੇ ਕਾਟੋ ਕਲੇਸ਼ ਕਿਉਂ ਹੁੰਦੀ ਪਾਰਟੀ ਦੇ ਦੇਖੋ ਇਸ ਤਰ੍ਹਾਂ ਮੈਂ ਕਾਟੋ ਕਲੇਸ਼ ਕੋਈ ਨਹੀਂ ਹੈ ਹਰ ਇੰਡੀਵਿਜੂਅਲ ਦੇ ਵਿੱਚ ਇੱਕ ਆਪਣਾ ਸਿਸਟਮ ਹੈ ਹਰ ਬੰਦੇ ਦੀ ਇੱਕ ਆਈਡੀਆਲੋਜੀ ਹੈ ਉਹ ਦੇ ਮੁਤਾਬਕ ਵਰਕਆਊਟ ਹੁੰਦਾ ਹੈ ਜੇ ਕਿਸੇ ਦੀ ਕੋਈ ਆਈਡੀਆਲੋਜੀ ਨਹੀਂ ਮਿਲਦੀ ਉਹਨੂੰ ਜਿੱਦਾਂ ਆਪਾਂ ਹਰ ਰੋਜ਼ ਪਰਿਵਾਰਾਂ ਚ ਬੈਠਦੇ ਆਂ ਬੜੇ ਲੜਾਈ ਝਗੜੇ ਹੁੰਦੇ ਆ ਪਰਵਾਰਾਂ ਚ ਵੀ ਲੜਾਈ ਝਗੜੇ ਹੁੰਦੇ ਆ ਭਰਾਵਾਂ ਭਰਾਵਾਂ ਚ ਵੀ ਹੁੰਦੇ ਆ ਭੈਣ ਭਰਾਵਾਂ ਚ ਵੀ ਹੁੰਦੇ ਆ ਮਾਂ ਪੁੱਤ ਚ ਵੀ ਹੁੰਦੇ ਆ ਸੋ ਜਿਹੜੇ ਸਿਆਣੇ ਹੁੰਦੇ ਆ ਉਹ ਬੈਠ ਕੇ ਉਹ ਫੈਸਲਾ ਕਰਦੇ ਉਹੀ ਪਰਿਵਾਰ ਹੁੰਦਾ ਫਿਰ ਹੱਸਦਾ ਖੇਡਦਾ ਹੁੰਦਾ ਉਹ ਵੀ ਸਾਡੇ ਵਿੱਚ ਜਿੱਦਾਂ ਹਰੀਸ਼ ਸ਼ਰਾਵਤ ਜੀ ਆਏ ਸਾਡੀ ਹਾਈ ਕਮਾਂਡ ਹੈ ਉਹ ਜੇ ਕਿਸੇ ਦਾ ਕੋਈ ਮਨਮਟਾਵ ਹੋਇਆ ਉਹ ਦੂਰ ਕਰ ਦਿੱਤਾ ਜਾਊਗਾ ਤੇ ਫਿਰ ਉਹੀ ਹੱਸਦਾ ਵਸਦਾ ਕਾਂਗਰਸ ਦਾ ਪਹਿਲਾਂ ਵੀ ਅਸਦੀ ਬਸਤੀ ਹੁਣ ਵੀ ਅਸਦੀ ਬਸਤੀ ਤੇ 22 ਦੀ ਇਲੈਕਸ਼ਨ ਜਿੱਤਾਂਗੇ ਆਪਾਂ ਨਵਜੋਤ ਸਿੰਘ ਸਿੱਧੂ ਨੂ ਪਾਰਟੀ ਅਗਰ ਪ੍ਰਧਾਨ ਬਣਾਉਂਦੀ ਹੈ ਤਾਂ ਐਕਸੈਪਟੇਬਲ ਹੋਣੀ ਹੈ ਸਰ ਦੇਖੋ ਬਿਲਕੁਲ ਮੈਂ ਤਾਂ ਇਹ ਗੱਲ ਪਹਿਲਾਂ ਵੀ ਕਹੀ ਹੈ ਕਿ ਕਾਂਗਰਸ ਦਾ ਕਲਚਰ ਹੈ ਕਾਂਗਰਸ ਦੇ ਵਿੱਚ ਕੱਲਾ ਪੰਜਾਬ ਨਹੀਂ ਅੰਟਾਇਰ ਇੰਡੀਆ ਜੋ ਵੀ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਉਹ ਸਾਰੇ ਕਾਂਗਰਸੀਆਂ ਨੂੰ ਮਨਜ਼ੂਰ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਮੰਤਰੀਆਂ ਨੂੰ ਮਿਲ ਸਕਦੇ ਆ ਵਿਧਾਇਕਾਂ ਨੂੰ ਮਿਲ ਸਕਦੇ ਤੇ ਮੁੱਖ ਮੰਤਰੀ ਕੋਲ ਵੀ ਜਾ ਕੇ ਮਿਲ ਸਕਦੇ ਸੀ ਉਹ ਉਧਰ ਕਿਉਂ ਨਹੀਂ ਗਏ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਬਿਲਕੁਲ ਨਹੀਂ ਹੈ ਕਿ ਕੋਈ ਪੀਪੀਸੀਸੀ ਦਾ ਪ੍ਰਧਾਨ ਜਦੋਂ ਵੀ ਬਣਨਗੇ ਸਿੱਧੂ ਸਾਹਿਬ ਦੀ ਅਨਾਉਂਸਮੈਂਟ ਹੁੰਦੀ ਹੈ ਤੇ ਉਹ ਕੈਪਟਨ ਸਾਹਿਬ ਨੂੰ ਕਿਉਂ ਨਹੀਂ ਮਿਲਣਗੇ ਡੈਫੀਨਿਟਲੀ ਮਿਲਣਗੇ ਤੇ ਹੁਣੇ ਕਿਉਂ ਨਹੀਂ ਮਿਲੇ ਕਿਉਂਕਿ ਨਾਰਾਜ਼ਗੀ ਹੈ ਇਸ ਲਈ ਨਹੀਂ ਮਿਲੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਹੁਣ ਕਿਉਂ ਨਹੀਂ ਮਿਲੇ ਜਾਂ ਕੱਲ ਮਿਲਣਗੇ ਜਾਂ ਪਰਸੋਂ ਕਿਉਂ ਨਹੀਂ ਮਿਲੇ ਇਹਦੇ ਬਾਰੇ ਤੱਕ ਸਿੱਧੂ ਸਾਹਿਬ ਦੱਸ ਸਕਦੇ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਸਿੱਧੂ ਸਾਹਿਬ ਬਾਰੇ ਵੀ ਤੇ ਬਾਕੀ ਸਾਡੇ ਲੀਡਰਜ਼ ਬਾਰੇ ਵੀ ਬਹੁਤ ਅੱਛਾ ਫੈਸਲਾ ਹਾਈ ਕਮਾਂਡ ਕਰ ਰਹੀ ਹੈ ਐਂਡ ਉਹ ਸਾਰਿਆਂ ਨੇ ਮੰਨਣਾ ਵੀ ਹੈ ਤੇ ਖੁਸ਼ੀਆਂ ਵੀ ਹੋਰ ਹੋਣਗੀਆਂ ਬੇਚਾ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਨਵਜੋਤ ਸਿੰਘ ਸਿੱਧੂ ਜਦੋਂ ਆਏ ਨੇ ਅੱਜ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਅਗਰ ਗੱਲ ਕਰੀਏ ਤੇ ਉਹ ਇੱਕ ਇਸਤਰੀ ਕੀ ਗੱਲ ਕਰ ਰਹੀ ਸੀ ਕਿ ਕੀ ਉਹ ਪ੍ਰਧਾਨ ਬਣ ਚੁੱਕੇ ਨੇ ਸਿਰਫ ਐਲਾਨ ਹੋਣਾ ਬਾਕੀ ਰਹਿ ਗਿਆ ਹੈ ਚਿੱਠੀ ਤਾਂ ਨਿਕਲ ਹੀ ਚੁੱਕੀ ਬਸ ਚਿੱਠੀ ਦੇ ਉੱਤੇ ਸਾਈਨ ਹੋਣੇ ਬਾਕੀ ਰਹਿ ਗਏ ਦੇਖੋ ਇਸ ਤਰ੍ਹਾਂ ਹੈ ਮੈਂ ਕੋਈ ਵੀ ਇਨਫੋਰਮੇਸ਼ਨ ਕਦੇ ਵੀ ਇਸ ਤਰ੍ਹਾਂ ਕਿਆਸਰਾਈਆਂ ਚ ਨਹੀਂ ਦਿੰਦਾ ਹਰ ਲੋਕ ਚਾਹੁੰਦੇ ਆ ਸਾਡੇ ਹਰ ਪਾਰਟੀ ਦਾ ਵਰਕਰ ਚਾਹੁੰਦਾ ਕਿ ਜਲਦੀ ਫੈਸਲਾ ਹੋਵੇ ਮੇਰਾ ਖਿਆਲ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਅਨਾਉਂਸਮੈਂਟ ਹੋ ਜਾਣੀ ਹੈ ਐਂਡ ਜੋ ਵੀ ਅਨਾਉਂਸਮੈਂਟ ਹੋਣੀ ਹੈ ਉਹ ਬਹੁਤ ਵਧੀਆ ਹੋਣਾ ਚਾਹੀਦਾ ਧੰਨਵਾਦ ਜੀ ਸੋ ਇਹ ਸੀਗੇ ਕੁਲਦੀਪ ਸਿੰਘ ਵੈਦ ਕਾਂਗਰਸੀ ਵਿਧਾਇਕ ਜਿਹੜੇ ਕਿ ਦੱਸ ਰਹੇ ਸੀਗੇ ਕਿ ਉਹ ਅੱਜ ਹਰੀ ਸ਼ਾਵਰ ਨੂੰ ਅੱਥੇ ਸੀ ਆਫ ਕਰਨ ਆਏ ਸੀ ਸਾਫ ਕਿਹਾ ਗਿਆ ਹੈ ਕਿ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਇਹ ਤਾਂ ਨਨੂ ਨੂੰ ਨਹੀਂ ਪਤਾ ਲੇਕਿਨ ਨਤੀਜੇ ਇਹ ਚੰਗੇ ਹੋਣਗੇ ਪਾਰਟੀ ਹਾਈ ਕਮਾਂਡ ਜੰਗਾ ਫੈਸਲਾ ਲੇਗੀ ਜਿਹੜਾ ਕਿ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਏਗਾ ਲੇਕਿਨ ਜਿੱਥੇ ਤੱਕ ਪਾਰਟੀ ਦੇ ਵਿੱਚ ਗੁੱਟਬਾਜ਼ੀ ਦੀ ਸਰਦਾ ਸਵਾਲ ਹੈ ਗੁੱਟਬਾਜ਼ੀ ਹਲੇ ਵੀ ਲਗਾਤਾਰ ਨਜ਼ਰ ਆ ਰਹੀ ਹੈ ਗੁੱਟਬਾਜ਼ੀ ਹੀ ਨੇ ਇੱਕ ਤਰੀਕੇ ਨਾਲ ਫਿਰ ਇਹ ਹਵਾ ਦੇਤੀ ਹੈ ਕਿ ਪਾਰਟੀ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਹਾ ਭਾਵੇਂ ਆਗੂ ਜੋ ਮਰਜੀ ਕਹਿੰਦੇ ਰਹਿਣ ਕਿ ਪਾਰਟੀ ਪੂਰੀ ਤਰੀਕੇ ਨਾਲ ਯੂਨਾਈਟ ਖੜੀ ਹੈ ਤੇ 2022 ਦੇ ਵਿੱਚ ਵੀ ਯੂਨਾਈਟ ਰਹੇਗੀ ਲੇਕਿਨ ਜਿੱਥੇ ਤੱਕ ਸਵਾਲ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਰਿਸੈਂਟਮੈਂਟ ਦਾ ਉਹ ਹਲੇ ਵੀ ਜਿਉਂਦੀ ਤੋ ਹੈ ਭਾਵੇਂ ਕੈਪਟਨ ਮਨਿੰਦਰ ਸਿੰਘ ਵੱਲੋਂ ਅੱਜ ਵੀ ਉਹੀ ਬਿਆਨ ਦਿੱਤਾ ਗਿਆ ਹੋਏ ਕਿ ਇਹ ਪਾਰਟੀ ਜੋ ਫੈਸਲਾ ਲੇਗੀ ਮੈਨੂੰ ਉਹ ਫੈਸਲਾ ਮਨਜ਼ੂਰ ਹੋਏਗਾ ਲੇਕਿਨ ਜਿੱਥੇ ਤੱਕ ਸਵਾਲ ਉਹਨਾਂ ਦੀ ਨਾਰਾਜ਼ਗੀ ਦਾ ਹੈ ਕਿ ਨਾਰਾਜ਼ਗੀ ਹਰੀਸ਼ ਸ਼ਰਾਵਤ ਦੇ ਸਾਹਮਣੇ ਦੂਰ ਹੋ ਚੁੱਕੀ ਹੈ ਇਹ ਸ਼ਾਮ ਤੱਕ ਕਲੀਅਰ ਹੋ ਪਾਏਗਾ ਜਾਂ ਕੱਲ ਤੱਕ ਕਲੀਅਰ ਹੋ ਪਾਏਗਾ ਜਦੋਂ ਪਾਰਟੀ ਹਾਈ ਕਮਾਂਡ ਕੋਈ ਫੈਸਲਾ ਲੇਗੀ ਜਾਂ ਕੋਈ ਚਿੱਠੀ ਜਾਰੀ ਕਰੇਗੀ ਚੰਡੀਗੜ੍ਹ ਤੋਂ ਕਮੈਂਡ ਪ੍ਰਵੀਨ ਪਾਂਡੇ ਦੇ ਨਾਲ ਅਨਕੁਸ਼ ਮਹਾਜਨ ਦੈਨਿਕ ਸਵੇਰਾ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲਾਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹਨੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ